ਸਤਿ ਸ਼੍ਰੀ ਅਕਾਲ ਜੀ, ਆਪਣਾ ਮੈਸੀ 900 DI ਪੁਰਾਣਾ ਮਾਡਲ 2014 ਮਾਡਲ, ਹੁਣ ਤਾਂ ਕੈਫੇ ਨੇ ਬੰਦ ਹੀ ਕਰਤੇ ਬਣਾਉਣੇ ਆਵੇਗੇ ਡਾਕਟਰ। ਸਭ ਤੋਂ ਪਹਿਲਾਂ ਇੱਧਰ ਆ ਜਾਓ, ਤੁਹਾਨੂੰ ਆਪਾਂ ਸ਼ੋਅ ਵੱਲ ਲੈ ਚੱਲਦੇ ਹਾਂ। ਅੱਜ ਦੀ ਸ਼ੋਅ 2014 ਮਾਡਲ ਦੀ ਹੁਣ ਨਹੀਂ ਆਉਂਦੀ, ਪਹਿਲਾਂ ਪੁਰਾਣੇ ਟਰੈਕਟਰ ਦੇ ਵਿੱਚ ਆਹੀ ਸ਼ੋਅ ਸੀਗੀ, ਅਤੇ ਇਹ ਕਸਟਮਰ ਨੇ ਬੜੀ ਡਿਮਾਂਡ ਨਾਲ ਬਣਾਇਆ ਜੀ ਇਹ ਟਰੈਕਟਰ। ਵੀ ਕਿੱਥੋਂ ਜਾ ਕੇ ਲਿਆਂਦਾ ਸਾਨੂੰ ਨਹੀਂ ਪਤਾ, ਏਜੰਸੀ 'ਤੇ ਕੰਮ ਕਰਨ ਆਇਆ ਜੀ। ਆ ਜਾਓ, ਆਹ ਤੁਹਾਨੂੰ ਸਿਲੰਡਰ ਵਿਖਾਉਂਦੇ, 4 ਸਿਲੰਡਰ ਟਰੈਕਟਰ ਹੈ ਜੀ। ਹੁਣ ਜਿੰਨੇ ਵੀ ਨੇ ਸਾਰੇ 3 ਸਿਲੰਡਰ ਹੀ ਆਉਂਦੇ ਨੇ, ਇਕੱਲਾ ਹੀ 4 ਸਿਲੰਡਰ ਹੀ ਸੀਗਾ ਟੈਫੇ ਨੇ ਬਣਾਇਆ। ਅਤੇ 60 HP ਦਾ ਇਹ ਟਰੈਕਟਰ ਹੈ ਜੀ, ਸੈਂਟਰ ਗੇਅਰ ਇਹਦਾ, ਸੈਂਟਰ 'ਚ ਗੇਅਰ ਆ, ਸਟੇਅਰਿੰਗ ਪਾਵਰ ਸਟੇਅਰਿੰਗ ਦਿੱਤਾ ਹੋਇਆ ਕੰਪਨੀ ਵਾਲਿਆਂ ਨੇ। ਅਤੇ ਜੋ ਵਧੀਆ ਗੱਲ ਸਾਨੂੰ ਲੱਗੀ, ਅਤੇ ਟਰੈਕਟਰ 'ਚ ਰਿਮ ਪਹਿਲਾਂ ਐਵੇਂ ਦੇ ਆਉਂਦੇ ਸੀ, ਹੁਣ ਕਿਸੇ ਵੀ ਟਰੈਕਟਰ ਦੇ ਵਿੱਚ ਐਵੇਂ ਦੇ ਰਿਮ ਨਹੀਂ ਆਉਂਦੇ ਜੀ। ਵੇਟ ਵੀ ਨਾਲ ਹੀ ਲੱਗੇ ਹੋਏ ਨੇ, 16x28 ਦੇ ਟਾਇਰ ਦੇ। ਬਹੁਤ ਵਧੀਆ ਟਰੈਕਟਰ ਸੀਗਾ, ਕਸਟਮਰ ਕਹਿੰਦਾ ਵੀ ਮੈਂ ਲੈਣਾ ਅਤੇ ਆਹੀ ਟਰੈਕਟਰ ਲੈਣਾ ਜੀ। ਇਹ ਏਜੰਸੀ 'ਤੇ ਕੰਮ ਹੋਣ ਲਿਆ। ਆਹ ਵੇਖੋ ਜੀ, ਹੁਣ ਇਹਦਾ ਥੋੜ੍ਹਾ ਜਿਹਾ ਬਹੁਤਾ ਇਹ ਕੰਮ ਕਰਨ ਵਾਸਤੇ ਆਇਆ ਹੋਇਆ ਏਜੰਸੀ 'ਤੇ। ਆਹ ਇੱਕ ਆਪਾਂ ਜੈਕ ਲਾਇਆ ਹੁਣ ਨਵਾਂ, ਇੱਕ ਤਾਂ ਇੱਕ ਇਹਦੀ ਆਪਾਂ ਨੇ ਬੈਟਰੀ ਰੱਖੀ ਹੈ ਮਕੈਨਿਕਾਂ ਨੇ, ਉਹਨੇ ਆਹ ਮਕੈਨਿਕਾਂ ਨੇ ਇਹਦੀ ਬੈਟਰੀ ਰੱਖੀ ਹੈ ਜੀ। ਇੱਕ ਜੋ ਸਭ ਤੋਂ ਵਧੀਆ ਮੈਨੂੰ ਇਸ ਗੱਲ ਲੱਗੀ ਇਸ ਟਰੈਕਟਰ ਦੀ, ਉਹ ਹੈ ਜੀ ਇਹਦੀ ਆਵਾਜ਼। ਉਹ ਤੁਹਾਨੂੰ ਹੁਣੇ ਸੁਣਾਉਂਦੇ ਹਾਂ ਸਟਾਰਟ ਕਰਕੇ, ਅਤੇ ਤੁਸੀਂ ਆਪਦੇ ਕਮੈਂਟ ਜ਼ਰੂਰ ਦੱਸਿਆ ਜੇ ਰਹਿ ਦੱਸਿਆ ਜੀ ਕਿਵੇਂ ਦਾ ਟਰੈਕਟਰ ਹੈ 900 DI। ਹੁਣ ਤੁਹਾਨੂੰ ਸਟਾਰਟ ਕਰਕੇ ਵਿਖਾਉਂਦੇ ਇਹਨੂੰ, ਆ ਜਾਓ ਜੀ। ਆਹ ਵੇਖੋ ਜੀ, ਆਹ ਸਟਾਰਟ ਹੋ ਗਿਆ ਜੀ ਮੈਸੀ 800 DI। ਆਵਾਜ਼ ਬਹੁਤ ਪਿਆਰੀ ਜੀ ਦੀ, ਆਵਾਜ਼ ਦੇ ਬਾਰੇ ਜ਼ਰੂਰ ਕਮੈਂਟ ਕਰਿਓ ਤੁਸੀਂ, ਦੱਸਿਆ ਜੇ ਇਸ ਟਰੈਕਟਰ ਦੇ ਬਾਰੇ ਸਾਨੂੰ। ਕਸਟਮਰ ਤਾਂ ਬਹੁਤ ਇਹਦੇ 'ਤੇ ਜ਼ਿਆਦਾ ਫਿਦਾ ਹੋਇਆ, ਕਹਿੰਦਾ ਜੀ ਅਸੀਂ ਲੈਣਾ ਅਤੇ ਨਾ